ਫਾਜ਼ਿਲਕਾ ਦੇ ਸੈਨੀਆ ਰੋਡ ਤੇ ਵਾਰਵਲ ਆਨਲਾਈਨ ਪੁਆਇੰਟ ਤੇ ਚੋਰਾਂ ਨੇ ਕੀਤੀ ਸੇਧਮਾਰੀ। ਦੁਕਾਨ ਦੀ ਕੰਧ ਤੋੜ ਕੇ ਹਜ਼ਾਰਾਂ ਰੁਪਏ ਦਾ ਸਮਾਨ ਕੀਤਾ ਪਾਰ। ਫਾਜ਼ਿਲਕਾ ਦੇ ਸੈਨੀਆ ਰੋਡ ਤੇ ਚੋਰਾਂ ਵੱਲੋਂ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਵਾਰਵਲ ਆਨਲਾਈਨ ਪੁਆਇੰਟ ਦੇ ਸੰਚਾਲਕ ਨੇ ਦੱਸਿਆ ਕਿ ਸੈਨੀਆ ਰੋਡ ਤੇ ਉਹਨਾਂ ਦੀ ਦੁਕਾਨ ਬਣੀ ਹੋਈ ਹੈ ਅਤੇ ਬੀਤੀ ਰਾਤ ਚੋਰ 2 ਵਜੇ ਦੇ ਕਰੀਬ ਦੁਕਾਨ ਦੇ ਵਿੱਚ ਕੰਧ ਤੋੜ ਕੇ ਦਾਖਲ ਹੋਏ, ਜਿਨ੍ਹਾਂ ਵੱਲੋਂ ਦੁਕਾਨ ਦੇ ਵਿੱਚ ਪਿਆ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ। ਉਹਨਾਂ ਨੇ ਦੱਸਿਆ ਕਿ ਇਸ ਵਾਰਦਾਤ ਦੇ ਵਿੱਚ ਉਹਨਾਂ ਦਾ ਲਗਭਗ 1.25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਸੰਚਾਲਕ ਨੇ ਦੱਸਿਆ ਕਿ ਉਹਨਾਂ ਵੱਲੋਂ ਰਾਤ ਨੂੰ ਦੁਕਾਨ ਬੰਦ ਕੀਤੀ ਗਈ ਸੀ ਅਤੇ ਉਹ ਆਪਣੇ ਘਰ ਦੇ ਅੰਦਰ ਜਾ ਕੇ ਸੌ ਗਏ। ਜਦ ਤੜਕੇ ਉੱਠੇ ਤਾਂ ਦੁਕਾਨ ਦੇ ਵਿੱਚੋਂ ਸਮਾਨ ਅਤੇ ਨਕਦੀ ਗਾਇਬ ਸੀ। ਜਦ ਉਹਨਾਂ ਨੇ CCTV ਫੁਟੇਜ ਕੰਗਾਲੀ ਤਾਂ ਪਤਾ ਲੱਗਿਆ ਕਿ ਦੁਕਾਨ ਦੇ ਵਿੱਚ 2 ਚੋਰ ਦਾਖਲ ਹੋਏ ਅਤੇ ਸਮਾਨ ਚੋਰੀ ਕਰਕੇ ਲੈ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਨਾ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਕਿੱਥੇ ਆਪਣੀ ਦੁਕਾਨ ਹੈ ਜੀ? ਇਹ ਸੈਣੀਆ ਰੋਡ ਪੈਰੋ ਬਸਤੀ 'ਚ ਆਪਣੀ ਦੁਕਾਨ ਹੈ ਜੀ। ਕੀ ਨਾਮ ਦੁਕਾਨ ਦਾ? ਵਾਰਵਲ ਆਨਲਾਈਨ ਪੁਆਇੰਟ। ਕੀ ਗੱਲ ਕੀ ਹੋਈ ਹੈ? ਰਾਤ ਦੇਰ 2:15 ਵਜੇ ਤੋਂ 2:30 ਵਜੇ ਦੇ ਤਕਰੀਬਨ ਚੋਰੀ ਹੋਈ ਹੈ ਜੀ ਇੱਥੇ। ਠੀਕ, ਕਿਵੇਂ ਕਿਸ ਤਰ੍ਹਾਂ ਚੋਰੀ ਕੀਤੀ? ਚੋਰ ਅੰਦਰ ਕਿਵੇਂ ਦਾਖਲ ਹੋਏ? ਚੋਰ ਨਾਲ ਦੇ ਨਾਲ ਜਿਹੜਾ ਕਾਰੇਗਾ ਜੀ, ਉਹਨਾਂ ਤਾਲਾ ਤੋੜ ਕੇ ਆਏ ਨੇ ਜੀ ਇੱਥੇ ਮੋਰੇ 'ਚੋਂ। ਅੱਛਾ ਜੀ, ਕੀ ਕੀ ਨੁਕਸਾਨ ਹੋਇਆ ਜੀ? ਨੁਕਸਾਨ 25-30 ਹਜ਼ਾਰ ਰੁਪਈਆ ਸੀਗਾ ਗੱਲੇ 'ਚ ਜੀ, ਅਤੇ ਫੋਨ ਸੀਗੇ 5-6 ਜੀ ਨਵੇਂ, ਉਹ ਵੀ ਚੁੱਕ ਲਿਆ, ਅਤੇ ਜਿਹੜੇ ਸਮਾਨ ਜਿਹੜੇ ਰਿਪੇਅਰ ਕਰਨ ਵਾਸਤੇ ਫੋਨ ਆਏ ਹੋਏ ਸੀ ਉਹ ਵੀ ਚੁੱਕ ਲਿਆ ਜੀ। ਨੁਕਸਾਨ ਤੁਹਾਡਾ ਹੋ ਗਿਆ ਹੋਏਗਾ ਜੀ? ਨੁਕਸਾਨ 1,00,000 ਰੁਪਏ ਤੱਕ ਦਾ ਹੋਏਗਾ। ਠੀਕ, ਕੀ ਮੰਗ ਕਰ ਰਹੇ ਹੋ ਪੁਲਿਸ ਤੋਂ? ਪੁਲਿਸ ਤੋਂ ਮੰਗ ਇਹੀ ਹੈ ਵੀ ਜਲਦੀ ਤੋਂ ਜਲਦੀ ਚੋਰਾਂ ਦੀ ਤਫਤੀਸ਼ ਕੀਤੀ ਜਾਵੇ ਅਤੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਵੇ। ਸੂਚਨਾ ਦਿੱਤੀ ਪੁਲਿਸ ਨੂੰ ਤੁਸੀਂ? ਹਾਂਜੀ ਦਿੱਤੀ ਹੈ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਜੀ ਮਨੋਜ ਸ਼ਰਮਾ। ਮਨੋਜ, ਕੀ ਕਹੋਗੇ ਜਿਹੜੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਜੀ? ਮੇਰਾ ਕਹਿਣਾ ਤਾਂ ਇਹੀ ਹੈ ਵੀ ਚੋਰਾਂ ਉੱਤੇ ਠੱਲ ਪਾਈ ਜੇ, ਲੋਕਾਂ ਦੇ ਦੀਵਾਰਾਂ ਉੱਤੋਂ ਫਾਂਦ ਕੇ ਆ ਜਾਂਦੇ ਨੇ ਅਤੇ ਦੀਵਾਰਾਂ ਤੋੜ ਕੇ ਅਤੇ ਆਪਦੇ ਚੋਰੀ ਕਰਕੇ ਲੈ ਜਾਂਦੇ ਨੇ ਸਮਾਨ। ਵਿਚਾਰੇ ਗਰੀਬ ਪਤਾ ਨਹੀਂ ਕਿਵੇਂ ਆਪਦਾ ਗੁਜ਼ਾਰਾ ਕਰਦੇ ਨੇ ਅਤੇ ਉਹਨਾਂ ਦਾ ਨੁਕਸਾਨ ਕਰਦੇ ਨੇ, ਅਤੇ ਮੇਰੇ ਪ੍ਰਸ਼ਾਸਨ ਤੋਂ ਮੰਗ ਇਹੀ ਹੈ ਵੀ ਇਹਨਾਂ ਨੂੰ ਫੜਿਆ ਜਾਵੇ ਅਤੇ ਇਹਨਾਂ ਉੱਤੇ ਠੱਲ ਪਾਈ ਜਾਵੇ। ਮੇਰਾ ਜੀ ਪ੍ਰੀਤ ਸਿੰਘ। ਕੀ ਕਹੋਗੇ ਜਿਹੜੀ ਚੋਰੀ ਦੀ ਘਟਨਾ ਹੋਈ? ਚੋਰੀ ਪਰ ਉਹਦੀ ਜਲਦੀ ਜਲਦੀ ਨਾਲ ਤਫਤੀਸ਼ ਕਰਕੇ ਤੇ ਚੋਰ ਫੜਿਆ ਜਾਂਦਾ ਜੀ। ਘੱਟ ਤੋਂ ਘੱਟ 1.25 ਲੱਖ ਦੀ ਚੋਰੀ ਹੋ ਗਈ ਜੀ। 10 ਕੁ ਮੁਆਲਾ ਲੈ ਗਏ ਜੀ, ਨਗਦ ਪੈਸੇ ਲੈ ਗਏ ਆ 60-70 ਹਜ਼ਾਰ ਰੁਪਈਆ ਕੱਢ ਗਏ, ਬਾਕੀ ਹੋਰ ਵੀ ਨੁਕਸਾਨ ਕਰਕੇ ਦੁਬਾਰਾ ਤੋੜ ਗਏ ਗੁਆਂਢੀਆਂ ਦੀ ਛੱਤ ਐਸ ਤੋਂ ਟੱਪ ਕੇ ਨਾ ਤਾਲਾ ਤੋੜ ਕੇ ਉਹਨਾਂ ਨੇ, ਅਤੇ ਸਾਡੇ ਦੁਆਰ ਵਿੱਚ ਮੋਹਰਾ ਕੱਢ ਗਏ ਅਤੇ ਚੋਰੀ ਕੀਤੀ ਗਈ ਜੀ। ਪੁਲਿਸ ਨੂੰ ਇਹ ਮੰਗ ਗਈ ਛੇਤੀ ਆਪਣੇ ਕੀ ਤਫਤੀਸ਼ ਕਰਕੇ ਚੋਰਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਜੀ।